ਸਜਣੋ, ਇਸ਼ਕ ਦੀ ਕੋਈ ਜ਼ੁਬਾਨ ਨਹੀਂ ਹੁੰਦੀ ਦੁਨੀਆ 'ਤੇ। ਖਾਸ ਕਰਕੇ ਇਸ਼ਕ ਮੁਹੱਬਤ ਜਦੋਂ ਕਿਸੇ ਬੇਜ਼ੁਬਾਨ ਨਾਲ ਹੁੰਦੀ ਹੈ ਨਾ ਸਜਣੋ, ਉਹ ਫਿਰ ਬਹੁਤ ਹੀ ਖਾਸ ਗੱਲਬਾਤ ਹੋ ਜਾਂਦੀ ਹੈ। ਜਿਵੇਂ ਜਦੋਂ ਜਿਹੜਾ ਦੁਨਿਆਵੀ ਇਸ਼ਕ ਮੁਹੱਬਤ ਹੈ ਨਾ ਸਜਣੋ, ਉਹ ਤਾਂ ਬੰਦੇ ਨੂੰ ਕਦੇ ਨਾ ਕਦੇ ਧੋਖਾ ਦੇ ਜੂਗਾ, ਪਰ ਜਿਹੜਾ ਬੇਜ਼ੁਬਾਨਾਂ ਨਾਲ ਇਸ਼ਕ ਮੁਹੱਬਤ ਕਰਦਾ ਨਾ ਬੰਦਾ, ਉਹ ਜ਼ਿੰਦਗੀ 'ਚ ਕਦੇ ਧੋਖਾ ਨਹੀਂ ਖਾਂਦਾ, ਅਤੇ ਨਾ ਹੀ ਉਹਨੂੰ ਕਦੇ ਕੋਈ ਜ਼ਿੰਦਗੀ 'ਚ ਧੋਖਾ ਕੋਈ ਉਹਦੇ ਨਾਲ ਕਰੇ। ਬੇਜ਼ੁਬਾਨ ਜਿਹੜੇ ਜਾਨਵਰ ਰੱਬ ਨੇ ਬਣਾਏ ਹੈ ਨਾ ਦੋਸਤੋ, ਇਹਨਾਂ ਦੀ ਸੁੰਦਰਤਾ, ਇਹਨਾਂ ਦੀ ਸਮਝਣ ਦੀ ਸਮਰੱਥਾ ਅਤੇ ਇਹਨਾਂ ਦਾ ਮੁਹੱਬਤ ਅਤੇ ਇਸ਼ਕ ਕਰਨ ਦਾ ਜਿਹੜਾ ਤਰੀਕਾ ਨਾ ਸਜਣੋ, ਉਹ ਬਹੁਤ ਹੀ ਘੈਂਟ ਹੈ। ਆਹ ਦੋ ਜਾਨਵਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਇਹਨਾਂ ਦੀ ਆਪਣੇ ਮਾਲਕਾਂ ਨਾਲ ਇੰਨੀ ਮੁਹੱਬਤ ਹੈ ਨਾ ਦੋਸਤੋ, ਜਿਹਦਾ ਕੋਈ ਅੰਤ ਨਹੀਂ। ਦੁਨਿਆਵੀ ਜਿਹੜੇ ਰਿਸ਼ਤੇ ਹੁੰਦੇ ਆ ਨਾ ਸੱਜਣੋ, ਉਹ ਇਨਸਾਨ ਦੀ ਜੇਬ ਨਾਲ ਨਿਰਭਰ ਹੁੰਦੇ ਨੇ, ਪਰ ਇਹਨਾਂ ਨੂੰ ਜੇਬ ਨਾਲ ਕੋਈ ਮਤਲਬ ਨਹੀਂ ਦੋਸਤੋ, ਇਹਨਾਂ ਨੂੰ ਸਿਰਫ ਜਿਹੜਾ ਜੇਬ ਦੇ ਥੱਲੇ ਇਨਸਾਨ ਦਾ ਦਿਲ ਆ ਨਾ, ਇਹ ਸਿਰਫ ਉਹਦੇ ਤੱਕ ਹੀ ਨਿਰਭਰ ਹੁੰਦੇ ਨੇ। ਦੋ ਜਾਨਵਰ ਰੱਖੇ ਨੇ ਮੁੰਡਿਆਂ ਨੇ, ਦੋਨੋਂ ਹੀ ਬਹੁਤ ਘੈਂਟ ਅਤੇ ਖੂਬਸੂਰਤ ਜਾਨਵਰ ਰੱਖੇ ਆ ਦੋਸਤੋ। ਇੱਕ ਟੋਏ ਪੋਮ ਹੈ ਦੋਸਤੋ, ਇੱਕ ਹੈਗਾ ਸਿਟਜੂ ਬਰੀਡ ਦਾ ਜਾਨਵਰ। ਦੋਨਾਂ ਦੀ ਸਟੱਡ ਸਰਵਿਸ ਜਿਹੜੀ ਉਹ ਅਵੇਲੇਬਲ ਆ ਸੱਜਣੋ, ਬਾਘਾ ਪੁਰਾਣਾ ਦੇ ਕੋਲ ਲਧਾਈ ਕੇ ਪਿੰਡ ਆ ਮੁੰਡਿਆਂ ਦਾ, ਅਤੇ ਜਾਨਵਰਾਂ ਨਾਲ ਜਿਹੜਾ ਮੁਹੱਬਤ ਅਤੇ ਇਸ਼ਕ ਕਰਨ ਦਾ ਇਹਨਾਂ ਦਾ ਜਨੂੰਨ ਆ ਨਾ, ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ। ਦੋਸਤੋ, ਜੇ ਕਿਸੇ ਨੇ ਕੋਈ ਵੀ ਬਰੀਡਿੰਗ ਦੀ ਸਰਵਿਸ ਲੈਣੀ ਹੋਵੇ, ਸਟੱਡ ਸਰਵਿਸ ਲੈਣੀ ਹੋਵੇ, ਤਾਂ ਨੰਬਰ ਸਕਰੀਨ 'ਤੇ ਦਿੱਤਾ ਹੋਇਆ ਮੁੰਡਿਆਂ ਦਾ, ਇਹਨਾਂ ਨਾਲ ਗੱਲ ਕਰਕੇ ਦੋਸਤੋ, ਅਤੇ ਤੁਸੀਂ ਇਹਨਾਂ ਦੀ ਜਿਹੜੀ ਬਰੀਡਿੰਗ ਹੈ, ਜਿਹੜੀ ਸਟੱਡ ਸਰਵਿਸ ਆ, ਉਹ ਲੈ ਸਕਦੇ ਹੋ। ਵੀਡੀਓ ਦੇ ਵਿੱਚ ਦੇਖੋ ਤੁਸੀਂ ਕਿੰਨਾ ਮੁਹੱਬਤ ਅਤੇ ਕਿੰਨੀ ਇਸ਼ਕ ਕਰਦੇ ਨੇ ਜਾਨਵਰ ਇਨਸਾਨਾਂ ਨੂੰ, ਜਿਹਦਾ ਕੋਈ ਅੰਤ ਨਹੀਂ ਦੋਸਤੋ। ਬਾਕੀ ਵੀਡੀਓ ਕਿਵੇਂ ਲੱਗੀ ਤੁਹਾਨੂੰ, ਸ਼ੇਅਰ ਕਰਕੇ ਕਮੈਂਟ ਕਰਕੇ ਜ਼ਰੂਰ ਰਿਹਾ ਦਿਆ ਕਰੋ। ਆਹ ਦੇਖੋ, ਜਮਾਂ ਫੌਜੀ ਬੈਂਡ ਵਾਲੀ ਟੋਪੀ ਦਿੱਤੀ ਹੈ, ਐਨਕਾਂ ਦੇਖੋ ਤੁਸੀਂ ਜਾਨਵਰ ਦੇ ਕਿੰਨੀਆਂ ਸੋਹਣੀਆਂ ਲੱਗਦੀਆਂ, ਕੱਪੜੇ ਕੁੱਪੜੇ ਐਂ ਪੂਰੇ ਟੌਪ ਦੇ ਪਾਏ ਇਹਨਾਂ ਦੇ। ਮੁੰਡੇ ਦੱਸਦੇ ਸੀਗੇ ਕਿ ਬਾਈ ਇਹਨਾਂ ਦੀ ਸਪੈਸ਼ਲ, ਜਿੱਦਾਂ ਜਿਹੜੇ ਸਲੂਨ 'ਤੇ ਕਹਿੰਦੇ ਅਸੀਂ ਲੈ ਕੇ ਜਾਂਦੇ ਹਾਂ, ਇਹਨਾਂ ਦੀ ਕਟਿੰਗ ਵਗੈਰਾ ਵਾਲਾਂ ਦੀ ਸਾਰਾ ਟ੍ਰੀਟਮੈਂਟ ਉਹ ਜਿਹੜਾ ਭਾਈ ਸਲੂਨ ਤੋਂ ਚੱਲਦਾ। ਸੋ ਇਹ ਬਹੁਤ ਹੀ ਛੋਟੀ ਜਿਹੀ ਬਰੀਡ ਹੁੰਦੀ ਹੈ, ਕੋਈ ਵੀ ਇਨਸਾਨ, ਕੋਈ ਵੀ ਬੱਚਾ, ਕੋਈ ਵੀ ਬਜ਼ੁਰਗ ਇਸ ਬਰੀਡ ਨੂੰ ਰੱਖ ਸਕਦਾ, ਕੋਈ ਪ੍ਰੋਬਲਮ ਨਹੀਂ ਆਉਂਦੀ ਦੋਸਤੋ ਰੱਖਣ ਦੇ ਵਿੱਚ। ਬਾਕੀ ਜਦੋਂ ਤੁਸੀਂ ਇਹ ਖਿਡੌਣਿਆਂ ਵਰਗੇ ਜਾਨਵਰ ਦੋਸਤੋ ਰੱਖੋਗੇ ਨਾ ਘਰੇ, ਅਸਲੀ ਮੁਹੱਬਤ ਅਤੇ ਅਸਲੀ ਇਸ਼ਕ ਦਾ ਤਾਂ ਤੁਹਾਨੂੰ ਫੇਰ ਹੀ ਪਤਾ ਲੱਗਣਾ। ਧੰਨਵਾਦ ਦੋਸਤੋ, ਬਹੁਤ ਬਹੁਤ ਧੰਨਵਾਦ।